ਵੀ ਆਏ ਨੇ ਡਾਂਗਾਂ ਫੜੀਆਂ, ਕਿਰਪਾਨਾਂ ਫੜੀਆਂ ਨੰਗੀਆਂ, ਆ ਕੇ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੂੰ ਕੁਛ ਨਹੀਂ ਕਹਿੰਦੇ, ਦੁਕਾਨਾਂ ਬੰਦ ਕਰ ਦਿਓ, ਉੱਥੇ ਦੁਕਾਨਾਂ ਨਹੀਂ ਖੋਲਣੀਆਂ, ਕੋਲਡ ਡਰਿੰਕਾਂ ਕੱਢ ਕੇ। ਮੈਂ ਕਿਹਾ ਬਾਬਾ ਜੀ ਗਰਮ ਹੈ, ਇਹਨਾਂ ਦਾ ਕੀ ਫਾਇਦਾ? ਉਹ ਕਹਿੰਦੇ ਚੁੱਕੋ ਚੁੱਕੋ ਜੋ ਲੱਭਦਾ, ਲੁੱਟ ਖੋਹ ਵਾਲਾ ਮਸਲਾ ਬਣਿਆ ਹੋਇਆ। ਪਾਉਣ ਵਾਲੀ ਦੁਕਾਨ ਹੈ, ਆਏ ਥੇ ਹਮਾਰੇ ਪਾਸ, ਧਮਕੀ ਦੇ ਗਏ ਕਿ ਅਗਰ ਦੁਬਾਰਾ ਦੁਕਾਨ ਖੋਲੀ ਜਿੰਦਾ ਅੰਦਰ ਕਰਕੇ ਜਿੰਦਾ ਚਲਾ ਦੂੰਗਾ। ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੇ ਆਏ ਆ, 15 ਤੋਂ 20 ਬੰਦੇ ਜਿਹੜੇ ਆਏ ਆ, ਉਹਨਾਂ ਨੇ ਭਗਵਾਨ ਵਾਲਮੀਕਿ ਮੰਦਿਰ ਦੀ ਦੁਕਾਨਾਂ ਉੱਤੇ ਹਮਲਾ ਕੀਤਾ ਵਾ। 15-20 ਨਿਹੰਗ ਆਏ ਆ, ਇਹਨਾਂ ਨੇ ਸਾਨੂੰ ਆ ਕੇ ਪਹਿਲਾਂ ਡਾਂਗਾ ਮਾਰਨੀ, ਕਿਰਪਾਨਾਂ ਮਾਰਨੀ ਸ਼ੁਰੂ ਕੀਤੀਆਂ, ਡਰ ਕੇ ਭੱਜ ਗਏ ਆ। ਸਾਡਾ ਦੁਕਾਨ 'ਤੇ ਗੱਲੇ 'ਚ ਪੈਸੇ ਪਏ ਸੀ, ਉਹ ਸਾਰੇ ਪੈਸੇ ਵੀ ਚੁੱਕ ਕੇ ਲੈ ਗਏ ਆ, ਅਤੇ ਸਾਨੂੰ ਬੰਦਿਆਂ ਨੂੰ ਵੀ ਮਾਰਿਆ ਵਾ, ਬੰਦੇ ਭੱਜ ਗਏ, ਸਭ ਕੁਝ ਭੱਜ ਗਏ। ਇਹ ਹੁਣ ਇਤਲਾਹ ਮਿਲੀ ਸੀ, ਇੱਥੇ ਘਿਓ ਮੰਡੀ ਚੌਂਕ 'ਚ ਆਏ ਆ ਕੋਈ ਨਿਹੰਗ ਟਾਈਪ ਬੰਦੇ ਸੀਗੇ, ਉਹਨਾਂ ਨੇ ਆ ਕੇ ਇੱਥੇ ਖੜਬੱਸੀ ਕੀਤੀ ਹੈ, ਕੋਈ ਤੋੜ ਭਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸ਼ੋਕ ਸੋਢੀ ਹੈ, ਮੇਰੀ ਕੋਲਡ ਡਰਿੰਕ ਦੀ ਦੁਕਾਨ ਹੈ। ਮੈਂ ਬਾਬਿਆਂ ਨੂੰ, ਮੈਂ ਕੋਈ ਗੱਲ ਨਹੀਂ ਹੋਈ, ਬਾਬੇ ਆਏ ਨੇ ਡਾਂਗਾਂ ਫੜੀਆਂ, ਕਿਰਪਾਨਾਂ ਫੜੀਆਂ ਨੰਗੀਆਂ, ਆ ਕੇ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੂੰ ਕੁਛ ਨਹੀਂ ਕਹਿੰਦੇ, ਦੁਕਾਨਾਂ ਬੰਦ ਕਰ ਦਿਓ, ਉੱਥੇ ਦੁਕਾਨਾਂ ਨਹੀਂ ਖੋਲਣੀਆਂ, ਕੋਲਡ ਡਰਿੰਕਾਂ ਕੱਢ ਕੇ। ਮੈਂ ਕਿਹਾ ਬਾਬਾ ਜੀ ਗਰਮ ਹੈ, ਇਹਨਾਂ ਦਾ ਕੀ ਫਾਇਦਾ? ਉਹ ਕਹਿੰਦੇ ਚੁੱਕੋ ਚੁੱਕੋ ਜੋ ਲੱਭਦਾ, ਲੁੱਟ ਖੋਹ ਵਾਲਾ ਮਸਲਾ ਬਣਿਆ ਹੋਇਆ। ਪੂਰੀ ਗੁੰਡਾਗਰਦੀ ਉਹਨਾਂ ਵੱਲੋਂ ਕੀਤੀ ਗਈ ਹੈ, ਪੂਰੀ ਗੁੰਡਾਗਰਦੀ, ਕੋਈ ਨਾ ਪੁੱਛਣ ਵਾਲਾ, ਨਾ ਕੋਈ ਇਹਨਾਂ ਨੂੰ ਕਹਿਣ ਵਾਲਾ। ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਤਾਂ ਥੋੜ੍ਹਾ ਹੀ ਹੈ, ਪਰ ਕੋਲਡ ਡਰਿੰਕਾਂ ਦਾ 40-50 ਗਿਣ ਲਓ ਤਾਂ ਕਿੰਨੇ ਦੀਆਂ ਬਣਨਗੀਆਂ, 1000-1200 ਦਾ ਗਿਣ ਲਓ ਨੁਕਸਾਨ। ਖਾਲੀ ਹੱਥ ਸੀ ਕਿ ਹੱਥਾਂ ਵਿੱਚ ਉਹਨਾਂ ਕੁਛ ਹੈਗਾ? ਹੱਥਾਂ ਦੇ ਵਿੱਚ ਤਲਵਾਰਾਂ, ਬਰਸ਼ੇ ਦੇ ਨਾਲ ਉਹ ਡਾਂਗਾ ਸੀ। ਕਿੰਨੇ ਕੁ ਬੰਦੇ ਸੀ ਨਿਹੰਗ ਸਿੰਘ? 20-25 ਬੰਦੇ ਹੈਗੇ ਸੀ ਮੇਰੇ ਤੱਕਰ ਜਿਹੜੇ ਪਹੁੰਚੇ। ਕੀ ਕਰਦੇ ਹੋ ਜੀ? ਇਹਨਾਂ ਨੂੰ ਨੱਥ ਪਾਓ ਚੰਗੀ ਤਰ੍ਹਾਂ। ਹਾਂਜੀ, ਆਪਣਾ ਨਾਮ? ਰਾਮ ਰਾਜ ਯਾਦਵ। ਦੁਕਾਨ ਕਹਾਂ ਪਰ ਕਿਆ ਬਾਤ ਹੈ? ਹਮਾਰੇ ਚੌਕ ਮੇਂ ਦੁਕਾਨ ਹੈ ਜੀ, ਪਾਨ ਵਾਲੀ ਦੁਕਾਨ ਹੈ। ਆਏ ਥੇ ਹਮਾਰੇ ਪਾਸ, ਧਮਕੀ ਦੇ ਗਏ ਕਿ ਅਗਰ ਦੁਬਾਰਾ ਦੁਕਾਨ ਖੋਲੀ ਜਿੰਦਾ ਅੰਦਰ ਕਰਕੇ ਜਿੰਦਾ ਚਲਾ ਦੂੰਗਾ। ਸਮਾਨ 15-20 ਥੇ ਬਹੁਤ। ਹਾਂਜੀ, ਨਹੀਂ ਦੁਕਾਨ ਤੋੜ ਨਹੀਂ ਹੈ, ਦੁਕਾਨ ਬੰਦ ਕਰ ਦਿਆ ਤਾ ਹਮਨੇ। ਨੁਕਸਾਨ ਕੁਛ ਹੋਇਆ ਹੈ? ਹਾਂ, ਨੁਕਸਾਨ ਹੋਈ, ਜਦ ਬੰਦ ਕਰਨ ਲੱਗੇ ਸਮਾਨ ਵਾਨ ਗਿਰ ਗਿਆ। ਹਾਂ, ਧਮਕੀ ਦੇ ਗਏ। ਮੇਰਾ ਨਾਂ ਜੀ ਲਾਭ ਬੱਟੂ ਆ ਜੀ, ਮੈਂ ਘਿਓ ਮੰਡੀ ਚੌਂਕ ਭਗਵਾਨ ਵਾਲਮੀਕਿ ਮੰਦਿਰ ਅੰਦਰ ਮੇਰਾ ਦਫ਼ਤਰ ਆ, ਜਿਹੜਾ ਕਿ ਜਿੱਦਾਂ ਦੁਕਾਨਦਾਰ ਦੱਸਣਾ ਵਾ ਵੀ ਕੁਛ ਸਮੇਂ ਪਹਿਲਾਂ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੇ ਆਏ ਆ, 15-20 ਬੰਦੇ ਜਿਹੜੇ ਆਏ ਆ, ਉਹਨਾਂ ਨੇ ਭਗਵਾਨ ਵਾਲਮੀਕਿ ਮੰਦਿਰ ਦੀ ਦੁਕਾਨਾਂ ਉੱਤੇ ਹਮਲਾ ਕੀਤਾ ਵਾ। ਜਦਕਿ ਅਸੀਂ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿੱਥੇ 84 ਤੋਂ ਬਾਅਦ ਜਿੱਥੇ ਪੰਜਾਬ ਬੜਾ ਅਮਨ ਸ਼ਾਂਤੀ ਦਾ ਇੱਕ ਰਾਜੇ ਵਾ, ਕਿ ਹੁਣ ਫਿਰ ਦੁਬਾਰਾ ਜਿਹੜਾ 1984 ਦਾ ਜਿਹੜਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਹੀਂ ਸਾਨੂੰ ਪਤਾ ਕਿੰਨਾ ਦੇ ਕਹਿੰਦੇ ਕੀਤੀ ਜਾ ਰਹੀ ਹੈ। ਇਹ ਸਾਨੂੰ ਲੱਗਦਾ ਕੋਈ ਜਾਂ ਪੰਜਾਬ ਸਰਕਾਰ ਕਰਵਾ ਰਹੀ ਆ, ਕਿਉਂਕਿ ਇਹ ਜਿਹੜਾ ਹਮਲਾ ਵਾ ਸਿਰਫ ਹਿੰਦੂਆਂ ਦੀ ਦੁਕਾਨਾਂ ਉੱਤੇ ਕੀਤਾ ਗਿਆ ਵਾ, ਔਰ ਜਿਹੜਾ ਕਿ ਪਾਵਨ ਵਾਲਮੀਕਿ ਮੰਦਿਰ ਆ ਜਿਹੜਾ, ਜਿੱਥੇ ਪੂਰੀ ਆਸਥਾ ਦੇ ਇੱਥੇ ਲੋਕ ਜੁੜੇ ਆ, ਇਹ ਸਾਡੇ ਕਿਰਾਏਦਾਰ ਆ। ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਵਾਲਮੀਕਿ ਇਹਨਾਂ ਦੁਕਾਨਾਂ ਦੇ ਉੱਤੇ ਹਮਲਾ ਨਹੀਂ ਕੀਤਾ, ਇਹ ਸਾਡੇ ਪਾਵਨ ਵਾਲਮੀਕਿ ਮੰਦਿਰ ਦੇ ਉੱਤੇ ਹਮਲਾ ਕਰਕੇ ਗਏ ਆ। ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਇਹ ਦੁਕਾਨਦਾਰਾਂ ਦੇ ਨਾਲ ਆ। ਜੇ ਕੱਲ੍ਹ ਨੂੰ ਕਿਤੇ ਵੀ ਧਰਨਾ ਲਾਉਣਾ ਪਿਆ ਤਾਂ ਅਸੀਂ ਦੁਕਾਨਦਾਰ ਦੇ ਨਾਲ, ਸਾਡੀ ਸਰਕਾਰ ਕੋਲ ਅਤੇ ਪ੍ਰਸ਼ਾਸਨ ਨੂੰ ਇਹੀ ਮੰਗਿਆ ਵੀ ਜਿਹੜੇ ਨਿਹੰਗ ਸਿੰਘ ਜਥੇ ਮੈਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਸੁੱਟਿਆ ਜਾਵੇ ਤਾਂ ਕਿ ਕੱਲ੍ਹ ਨੂੰ ਇਹਨਾਂ ਉੱਤੇ ਫਿਰ ਹਮਲਾ ਕਰ ਸਕਦੇ। ਨਿਹੰਗ ਸਿੰਘ ਆਏ ਸੀ ਜੀ? 15-20 ਨਿਹੰਗ ਸਿੰਘ ਜਿਹੜੇ ਆਏ ਸੀ। CCTV ਕੈਮਰੇ ਫੁਟੇਜ ਨਿਕਲਦੀ ਪਈ ਆ, ਉਹਦਾ ਬਾਕੀ ਕਲੀਅਰ ਹੋ ਜਾਏਗਾ ਕਿਹੜੇ ਕਿਹੜੇ ਬੰਦੇ ਕੌਣ ਦੀ ਪ੍ਰਸ਼ਾਸਨ ਆਇਆ ਕੀ ਆਸ਼ਵਾਸਨ ਦਵਾਇਆ ਜੀ? ਦੇਖੋ ਜੀ, ਪ੍ਰਸ਼ਾਸਨ ਇੱਥੇ SHO ਸਾਹਿਬ ਸੁਖਵੀਰ ਜੀ ਆਇਆ ਅਤੇ SP ਟ੍ਰੈਫਿਕ ਜਿਹੜੇ ਹਰਪਾਲ ਸਿੰਘ ਜੀ ਇੱਥੇ ਹੋ ਕੇ ਗਏ ਆ, ਉਹਨਾਂ ਨੇ ਆਸ਼ਵਾਸਨ ਦਵਾਇਆ ਵੀ ਅਸੀਂ ਜਲਦ ਉਹਨਾਂ ਦੇ ਪਰਚਾ ਕਰਕੇ ਜਿਹੜਾ ਗ੍ਰਿਫਤਾਰ ਕਰਾਂਗੇ। ਪਰ ਇੱਕ ਬੜੀ ਹੈਰਾਨਗੀ ਵਾਲੀ ਗੱਲ ਜਿਹੜੀ SP ਸਾਹਿਬ ਨੇ ਕਹੀ ਆ ਵੀ ਅਸੀਂ ਉਹਨਾਂ ਦੀ ਉੱਧਰੋਂ ਦੁਕਾਨਾਂ ਉੱਤੇ ਜਿਹੜੀ ਸ਼ਰਧਾਈ ਦੀਆਂ ਦੁਕਾਨਾਂ ਲਾਉਂਦੇ ਸੀ, ਅਸੀਂ ਉਹ ਦੁਕਾਨਾਂ ਨੂੰ ਚੁਕਾਇਆ ਵਾ। ਜੇ
ਕੋ ਦਰਬਾਰ ਸਾਹਿਬ ਦੇ ਉੱਤੇ ਕਿਸੇ ਦਾ ਕੋਈ ਰਾਜ ਨਹੀਂ ਹੈਗਾ, ਚਾਹੇ ਉਹ ਨਿਹੰਗ ਸਿੰਘ ਜਥੇਬੰਦੀਆਂ ਵਾ, ਚਾਹੇ ਕੋਈ ਵੀ ਜਾਤੀ ਦਾ ਬੰਦਾ ਵਾ, ਉੱਤੇ ਕਿਸੇ ਦਾ ਕੋਈ ਰਾਜ ਨਹੀਂ ਕੋਈ ਕਰ ਸਕਦਾ। ਜੇ ਪ੍ਰਸ਼ਾਸਨ ਨੇ ਤੁਹਾਨੂੰ ਕਿਹਾ ਵਾ ਤੁਸੀਂ ਉਹਨੂੰ ਬੜੇ ਪਿਆਰ ਦੇ ਨਾਲ ਆਪਣੀ ਦੁਕਾਨ 'ਤੇ ਚੁੱਕਿਆ, ਅਗਰ ਚੁੱਕੀ ਆ ਜਾਣ, ਕਿਉਂਕਿ ਉੱਥੇ ਸ਼ਰਧਾ ਵਾਲੇ ਲੋਕ, ਭਾਵਨਾ ਵਾਲੇ ਲੋਕ ਦਰਬਾਰ ਸਾਹਿਬ ਨਾਲ ਜੁੜੇ ਜਿਹੜੇ ਮੱਥਾ ਟੇਕਣ ਆਉਂਦੇ ਆ, ਪਰ ਉਹਨਾਂ ਨੇ ਮੈਨੂੰ ਇਹ ਨਹੀਂ ਸਮਝ ਆਈ ਕਿ ਪੂਰੇ ਜ਼ਿਲ੍ਹੇ ਦੇ ਵਿੱਚੋਂ ਅਤੇ ਪੂਰੇ ਆਲੇ ਦੁਆਲੇ ਦੇ ਵਿੱਚੋਂ ਸਿਰਫ ਤਾਂ ਸਿਰਫ ਭਗਵਾਨ ਵਾਲਮੀਕੀ ਮੰਦਰ ਕਿਉਂ, ਮੰਦਰ ਨੂੰ ਕਿਉਂ ਟਾਰਗੇਟ ਕੀਤਾ ਗਿਆ ਵਾ ਇਕੱਲੇ ਨੂੰ? ਇਹ ਬੜੀ ਇੱਕ ਸ਼ਰਮ ਭਾਵ ਘਟਨਾ ਵਾ, ਕਿਉਂਕਿ ਉਹਨਾਂ ਨੂੰ ਪਤਾ ਸੀ ਨਿਹੰਗ ਸਿੰਘ ਜਥੇ ਬੰਦੇ ਜਿਹੜਾ ਪਾਵਨ ਵਾਲਮੀਕੀ ਮੰਦਰ ਆ ਜਿਹੜਾ ਕਿ ਉਹ ਮੰਡੀ ਚੌਂਕ ਦੇ ਵਿੱਚ ਉਹ ਹੈਗਾ ਵਾ, ਅਤੇ ਸਾਡੀਆਂ ਦੁਕਾਨਾਂ 'ਤੇ ਹਮਲਾ ਕੀਤਾ ਪਿਆ, ਬਿਲਕੁਲ ਬਰਦਾਸ਼ਤ ਨਹੀਂ ਕਰਨਾ। ਕੱਲ੍ਹ ਨੂੰ ਅਸੀਂ ਪੂਰੇ ਵਾਲਮੀਕੀ ਸਮਾਜ ਦੀਆਂ, ਪੰਜਾਬ ਦੇ ਪੂਰੇ ਸਮੂਹ ਜਥੇਬੰਦੀਆਂ ਨੂੰ ਇਕੱਠਾ ਕੀਤਾ ਵਾ, ਉਹਨਾਂ ਨੇ ਮੈਸੇਜ ਲਾਤਾ ਵਾ ਕਿ ਜੇ ਅੱਜ ਤੋਂ ਬਾਅਦ ਕਿਤੇ ਵੀ ਭਗਵਾਨ ਵਾਲਮੀਕੀ ਮੰਦਰ ਦੇ ਉੱਤੇ ਹਮਲਾ ਆ, ਅੱਜ ਤਾਂ ਦੁਕਾਨਾਂ 'ਚ ਵੜੇ ਆ, ਅਤੇ ਕੱਲ੍ਹ ਨੂੰ ਸਾਨੂੰ ਡਰ ਪਿਆ ਗਿਆ ਕੱਲ੍ਹ ਨੂੰ ਸਾਡੇ ਮੰਦਰਾਂ 'ਚ ਵੜ ਕੇ ਅਤੇ ਸਾਡੇ ਮੰਦਰਾਂ ਦਾ ਕੀ ਹਾਲ ਕਰਨਗੇ। ਇਸ ਕਰਕੇ ਮੇਰੀ ਪ੍ਰਸ਼ਾਸਨ ਪੁਲਿਸ ਕਮਿਸ਼ਨਰ ਸਾਹਿਬ ਅੱਗੇ ਖਾਸ ਕਰਕੇ ਬੇਨਤੀ ਆ, ਕਿਉਂਕਿ ਬੜਾ ਸ਼ਵਾਸਨ ਦਵਾ ਸੀ ਪੁਲਿਸ ਕਮਿਸ਼ਨਰ ਸਾਹਿਬ ਨੇ ਕਿ ਮੈਂ ਆਇਆ ਵਾਂ, ਮੈਂ ਅਮਨ ਸ਼ਾਂਤੀ ਦਾ ਇੱਥੇ ਅੰਮ੍ਰਿਤਸਰ ਨੂੰ ਬਣਾਵਾਂਗਾ, ਪਰ ਮੈਨੂੰ ਨਹੀਂ ਲੱਗਦਾ ਸੀ ਪੀ ਸਾਹਿਬ ਨੇ ਜਿਹੜਾ ਆਏ ਆ, ਅਤੇ ਉਹਨਾਂ ਦੇ ਆਉਣ ਦੇ ਨਾਲ ਹੀ ਜਿਹੜੇ ਇਹ ਹਮਲੇ ਹੋ ਗਏ ਬਾਰ ਬਾਰ ਮੰਦਰ ਦੀ ਦੁਕਾਨਾਂ 'ਤੇ। ਪਹਿਲੀ ਵਾਰੀ ਜਿਹੜਾ ਭਗਵਾਨ ਵਾਲਮੀਕੀ ਮੰਦਰ ਦੁਕਾਨਾਂ 'ਤੇ ਹਮਲਾ ਆਇਆ ਵਾ, ਇਹ ਫਿਰ ਆਪਾਂ ਬਰਦਾਸ਼ਤ ਨਹੀਂ ਕਰਾਂਗੇ। ਕਿਹੜੀ ਜਗ੍ਹਾ ਦਾ ਇਲਾਕਾ ਸੀ ਜੀ? ਇਹ ਘਿਓ ਮੰਡੀ ਚੌਂਕ ਆ ਜੀ ਇਹ। ਪ੍ਰਸ਼ਾਸਨ ਨੇ ਕੀ ਆਸ਼ਵਾਸਨ ਦਿੱਤਾ? ਪ੍ਰਸ਼ਾਸਨ ਨੂੰ ਇਹ ਆਸ਼ਵਾਸਨ ਦਿਵਾਇਆ ਵਾ ਕਿ ਅਸੀਂ ਜਲਦ ਤੋਂ ਜਲਦ ਨਾਲ ਪਰਚਾ ਕਰਾਂਗੇ, ਪਰਚਾ ਦਰਜ ਕਰਕੇ ਅਰੈਸਟ ਕਰਕੇ ਬੰਦੇ ਅੰਦਰ ਫੜ ਕੇ ਪਾਵਾਂਗੇ। ਜੇ ਨਹੀਂ ਪਾਏ ਜਾਂਦੇ ਬੰਦੇ ਅੰਦਰ, ਅਤੇ ਕੱਲ੍ਹ ਨੂੰ ਸਾਨੂੰ ਫਿਰ ਡਰ ਆ, ਕਿਉਂਕਿ ਉਹ ਇੱਕ ਜਿਹੜੇ ਨਿਹੰਗ ਸਿੰਘ ਆ, ਖੁੱਲ੍ਹੇ ਵਿਸ਼ਵਾਸ ਲੋਕ ਹੈਗੇ ਆ, ਸ਼ਰਾਰਤੀ ਅੰਸਰ ਹੈਗੇ ਨਿਹੰਗ ਸਿੰਘ ਜਿਹਨਾਂ ਨੇ ਬਾਰ ਬਾਰ ਟਾਰਗੇਟ ਕੀਤਾ। ਦੇਖੋ ਜੀ, ਜਿਹੜੇ ਅਸਲ ਦੇ ਵਿੱਚ ਸਹੀ ਜਿਨ੍ਹਾਂ ਨੇ ਬਾਣਾ ਪਾਇਆ ਵਾ, ਜਿਹੜੇ ਧਰਮ ਨਾਲ ਜੁੜੇ ਲੋਕ ਆ, ਉਹਨਾਂ ਦੇ ਉਹ ਤਾਂ ਨਹੀਂ ਕਰ ਸਕਦੇ ਇਹੋ ਜਿਹਾ ਕੰਮ, ਪਰ ਮੈਂ ਕਹਿੰਦਾ ਕਿ ਬਾਣਾ ਪਾ ਕੇ ਜਿਹੜਾ ਬਾਣੇ ਨੂੰ ਬਦਨਾਮ ਕਰਦੇ ਪਏ ਆ, ਇਹੋ ਜਿਹੇ ਲੋਕਾਂ ਨੂੰ ਫੜ ਕੇ ਅੰਦਰ ਸੁੱਟਣਾ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ। ਭਾਈ, ਮੇਰਾ ਨਾਮ ਅਮਿਤ ਕੁਮਾਰ, ਘਿਓ ਮੰਡੀ ਚੌਂਕ ਦੁਕਾਨ ਮੇਰੀ, ਜੋ ਕਿ ਲਾਇਸੈਂਸ ਹੀ ਸਿਰਫ ਸ਼ਰਾਬ ਪੀਂਦਾ ਹੱਥਾਂ ਵਾ, ਲਾਇਸੈਂਸ ਲਿਆ ਆਪਾਂ ਸ਼ਰਾਬਿਆਂ ਦਾ। ਅਤੇ ਭਾਈ, 15-20 ਨਿਹੰਗ ਆਏ ਆ, ਇਹਨਾਂ ਨੇ ਸਾਨੂੰ ਆ ਕੇ ਪਹਿਲਾਂ ਡਾਂਗਾ ਮਾਰਨੀਆਂ, ਕਿਰਪਾਨਾਂ ਮਾਰਨੀ ਸ਼ੁਰੂ ਕੀਤੀਆਂ, ਅਸੀਂ ਡਰ ਕੇ ਭੱਜ ਗਏ ਆ, ਸਾਡਾ ਦੁਕਾਨ 'ਤੇ ਗੱਲੇ 'ਚ ਪੈਸੇ ਪਏ ਸੀ, ਉਹ ਸਾਰੇ ਪੈਸੇ ਵੀ ਚੁੱਕ ਕੇ ਲੈ ਗਏ ਆ, ਅਤੇ ਸਾਨੂੰ ਬੰਦਿਆਂ ਨੂੰ ਵੀ ਮਾਰਿਆ ਵਾ, ਬੰਦੇ ਭੱਜ ਗਏ, ਸਭ ਕੁਝ ਭੱਜ ਗਏ, 15-16 ਨਿਹੰਗ, ਜਿੰਨਾ ਕੁਛ ਸ਼ਸਤਰ ਸਾਰੇ ਇਹਨਾਂ ਕੋਲ ਜਿਹੜੇ ਹੁੰਦੇ ਸਾਰੇ ਨਾਲ ਹੀ, ਸੀਸੀਟੀਵੀ ਵਗੈਰਾ ਸਾਹਮਣੇ ਆਈ ਹੋਈ ਹੈ, ਸੀਸੀਟੀਵੀ ਪਿੱਛੇ ਕੈਮਰੇ 'ਚ ਲੱਗੇ, ਸਭ ਕੁਝ ਆਇਆ ਵਾ ਤੁਹਾਡੀ ਦੁਕਾਨ 'ਤੇ, ਸਾਡੀ ਦੁਕਾਨ 'ਤੇ ਕੈਮਰੇ ਕਿ ਪੈਸੇ ਰੁੱਟ ਕੇ ਲੈ ਕੇ ਗਏ ਪੈਸੇ, ਉਹ ਭਾਈ ਗੱਲਾਂ ਬਾਹਰ ਪਏ, ਗੱਲਾਂ ਸਮੇਤ ਹੀ ਲੈ ਗਏ ਆ। ਇਸ ਬਾਰੇ ਪੁਲਿਸ ਨੂੰ ਕੰਪਲੇਂਟ ਦਰਖਾਸਤ ਦੇ ਦਿੱਤੀ, ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ। ਮੈਂ ਰਾਹੁਲ ਮਲਿਕ, ਘਿਓ ਮੰਡੀ ਚੌਂਕ, ਇੱਕ ਵਾਲਮੀਕੀ ਮੰਦਰ ਦਾ ਦੁਕਾਨਦਾਰ ਹਾਂ। ਜਿੱਦਾਂ ਕਿ ਅੱਧਾ ਘੰਟਾ ਪਹਿਲਾਂ ਇੱਥੇ ਕੁਛ ਨਿਹੰਗ ਸਿੰਘ ਜਥੇਬੰਦੀਆਂ 10-15 ਜਿਹਨੇ ਆ ਕੇ ਨੰਗੀਆਂ ਤਲਵਾਰਾਂ ਲੈ ਕੇ ਇੱਥੇ ਆਣ ਕੇ ਗੁੰਡਾਗਰਦੀ ਕੀਤੀ। ਸਾਨੂੰ ਕੁਛ ਮਾਮਲੇ ਦਾ ਵੀ ਨਹੀਂ ਪਤਾ, ਮੈਂ ਆਪਣੀ ਸ਼ੋਪ 'ਤੇ ਬੈਠਾ, ਮੇਰਾ ਸਲੂਨ ਸੀ, ਅਤੇ ਮੇਰੇ ਵਰਕਰ ਕੰਮ ਕਰ ਰਹੇ ਸੀ, ਅਤੇ ਮੇਰੇ ਵਰਕਰਾਂ ਦੇ ਉੱਤੇ ਵੀ ਜਾਨਲੇਵਾ ਹਮਲਾ ਕੀਤਾ, ਅਤੇ ਦੂਜਾ ਕਿ ਮੈਨੂੰ ਡਰਾਇਆ ਧਮਕਾਇਆ ਕਿ ਅੱਜ ਜੇ ਤੁਸੀਂ ਦੁਕਾਨਾਂ ਖੋਲ੍ਹੀਆਂ ਦੁਬਾਰਾ ਤਾਂ ਤੁਹਾਡੀਆਂ ਦੁਕਾਨਾਂ ਨੂੰ ਅੱਗ ਲਾ ਦਾਂਗੇ। ਕਿੰਨੇ ਨਿਹੰਗ ਸਿੰਘ ਆਏ ਕੀ ਕਹਿੰਦਾ ਹੈਗਾ ਜੀ? ਉਹਨਾਂ ਕੋਲ ਕਿਰਪਾਨਾਂ ਸੀ, ਅਸਲਾ ਸੀ, ਅਤੇ ਡਾਂਗਾ ਔਰ ਸੋਟੇ। ਕੀ ਸਮਝਦੇ, ਕਿਉਂ ਤੁਹਾਡੇ ਹਮਲਾ? ਇੱਥੇ ਕਿਸੇ ਵੀ ਸਿੱਖ ਦੁਕਾਨਦਾਰ ਨੂੰ ਉਹਨਾਂ ਨੇ ਕੋਈ ਟਾਰਗੇਟ ਨਹੀਂ ਬਣਾਇਆ। ਜਿੰਨੇ ਵੀ ਦੁਕਾਨਦਾਰ ਵਾਲਮੀਕੀ ਮੰਦਰ ਦੇ ਆਲੇ ਦੁਆਲੇ ਆ, ਹਿੰਦੂ ਪਰਿਵਾਰ ਨਾਲ ਰਿਲੇਟਿਵ ਆ, ਅਤੇ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ। ਅਤੇ ਮੈਨੂੰ ਲੱਗਦਾ ਕਿ ਸਰਕਾਰ ਦੀ ਨਕੰਮੀ ਕਾਰਗੁਜ਼ਾਰੀ ਆ, ਇਸ ਕਰਕੇ ਕਿ ਹਿੰਦੂ ਅਤੇ ਸਿੱਖ ਦੀ ਲੜਾਈ ਪਾਉਣ ਵਾਸਤੇ ਇਹ ਕੁਛ ਸਰਦਯੰਤਰ ਰਚਿਆ ਗਿਆ ਵਾ ਇੱਥੇ। ਤੁਹਾਡੀ ਕਾਹਦੀ ਦੁਕਾਨ ਸੀ ਜੀ? ਮੇਰਾ ਹੇਅਰ ਸਲੂਨ ਸੀ, ਮੈਂ ਆਪਣੇ ਵਰਕਰਾਂ ਨਾਲ ਅੰਦਰ ਕੰਮ ਕਰਾ ਰਿਹਾ ਸੀ, ਅਤੇ ਮੇਰੇ ਵਰਕਰਾਂ ਦੇ ਉੱਤੇ ਵੀ ਉਹਨਾਂ ਨੇ ਅਟੈਕ ਕੀਤਾ, ਜਾਨੋ ਮਾਰਨ ਦੀ ਧਮਕੀ ਦਿੱਤੀ ਗਈ, ਅਤੇ ਮੇਰੇ ਵਰਕਰ 'ਤੇ ਸੱਟ ਲੱਗੀ ਆ, ਜਿਹੜਾ ਕਿ ਇੱਕ ਰਾਈਟ ਹੈਂਡ
ਉਹ ਡੈਮੇਜ ਹੋ ਗਿਆ ਕਾਫੀ, ਹਾਂਜੀ ਸੀਸੀਟੀਵੀ ਫੁਟੇਜ ਹੈਗੀ ਆ। ਮੰਗ ਅਸੀਂ ਕਰਦੇ ਹਾਂ ਕਿ ਅਸੀਂ ਸੁਰੱਖਿਅਤ ਨਹੀਂ ਆ ਇੱਥੇ ਇਸ ਦੁਕਾਨਾਂ 'ਤੇ। ਅੱਜ ਜੇ ਅਸੀਂ ਪ੍ਰਸ਼ਾਸਨ ਨੂੰ ਕੰਪਲੇਂਟ ਵੀ ਕਰਦੇ, ਮੈਂ ਸਿੱਧੇ ਲਫਜ਼ਾਂ 'ਤੇ ਕਹਿੰਦਾ ਵਾਂ, ਪ੍ਰਸ਼ਾਸਨ ਨੂੰ ਜੇ ਅੱਜ ਕੰਪਲੇਂਟ ਵੀ ਕਰਦੇ ਆ, ਪ੍ਰਸ਼ਾਸਨ ਨੇ ਵੀ ਗੋਂਗਲੋਆ ਤੋਂ ਮਿੱਟੀ ਝਾੜਨੀ ਆ, ਅਤੇ ਆਉਣ ਵਾਲੇ ਸਮੇਂ 'ਤੇ ਉਹ ਕਦੋਂ ਵੀ ਸਾਡੇ ਦੁਕਾਨਦਾਰ ਭਰਾਵਾਂ ਦੇ ਉੱਤੇ ਕਦੇ ਵੀ ਹਮਲਾ ਕਰ ਸਕਦੇ। ਇਹ ਲੜਾਈ ਹੁਣ ਹਿੰਦੂ ਸਿੱਖ ਵਾਲੀ ਹੋ ਗਈ ਆ, ਕਿਉਂਕਿ ਉਹ ਨਿਹੰਗ ਸਿੰਘ ਜਥੇਬੰਦੀਆਂ ਨੇ ਅਟੈਕ ਹੀ ਹਿੰਦੂ ਦੁਕਾਨਦਾਰਾਂ ਦੇ ਉੱਤੇ ਕੀਤਾ ਵਾ। ਇਹ ਉਹੀ 84 ਦਾ ਦੌਰ ਦੁਬਾਰਾ ਲੈਣਾ ਚਾਹੁੰਦੇ ਆ, ਜੋ ਪਹਿਲਾਂ ਹੋ ਚੁੱਕਿਆ ਵਾ ਉਹ ਫਿਰ ਦੁਹਰਾਉਣਾ ਚਾਹੁੰਦੇ ਆ। ਜੇ ਕੱਲ੍ਹ ਤੱਕ ਇਹਨਾਂ ਲੋਕਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਅਤੇ ਅਸੀਂ ਘਿਓ ਮੰਡੀ ਚੌਂਕ ਦੇ ਉੱਤੇ ਚੱਕਾ ਜਾਮ ਕਰਾਂਗੇ। ਅਸੀਂ ਕੱਲ੍ਹ ਪ੍ਰਸ਼ਾਸਨ ਨੂੰ, ਉੱਚ ਅਧਿਕਾਰੀ ਕਮਿਸ਼ਨਰ ਸਾਹਿਬ ਨੂੰ ਵੀ ਮੰਗ ਪੱਤਰ ਦੇਣ ਜਾ ਰਹੇ ਆਪਣੀ ਮੰਦਰ ਕਮੇਟੀ ਵੱਲੋਂ, ਕਿ ਮੰਦਰ ਕਮੇਟੀ ਵੱਲੋਂ ਮੰਗ ਪੱਤਰ ਕਿ ਸਾਡੇ ਦੁਕਾਨਦਾਰ ਸੁਰੱਖਿਅਤ ਨਹੀਂ ਹੈਗੇ, ਅਤੇ ਕੱਲ੍ਹ ਨੂੰ ਜੇ ਇਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਜਾਂ ਅਰੈਸਟ ਨਹੀਂ ਪਈ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਔਰ ਪੂਰੇ ਸਮਾਜ ਨੂੰ ਲੈ ਕੇ ਕਰਾਂਗੇ। ਕਿੰਨੇ ਬੰਦੇ ਸੱਟਾਂ ਲੱਗੀਆਂ? ਮੇਰੇ 2 ਵਰਕਰ ਸੀ, ਮੇਰਾ ਕਸਟਮਰ ਸੀ, ਉਹਦੇ 'ਤੇ ਵੀ ਜਾਨਲੇਵਾ ਹਮਲਾ ਕੀਤਾ, ਉਹ ਵੀ ਵਿਚਾਰਾ ਜਾਨ ਬਚਾ ਕੇ ਗਿਆ। ਇੱਕ ਇੱਥੇ ਪਾਉਣ ਵਾਲਾ ਖੋਖਾ ਵਾ, ਉਰੀਆ ਗੱਲੇ ਦੇ ਵਿੱਚ ਪੈਸੇ ਕੱਢੇ ਗਏ, ਉਹ ਸਾਡਾ ਸਾਹਮਣੇ ਭਰਾ ਵਾ, ਠੰਡੇ ਦੀਆਂ ਦੁਕਾਨਾਂ ਵਾ, ਉਹਨਾਂ ਦੇ ਦੁਕਾਨਾਂ ਤੋਂ ਫਰਿੱਜਾਂ ਤੋਂ ਕੋਲਡ ਡਰਿੰਕਾਂ ਕੱਢੀਆਂ ਗਈਆਂ। ਕਿੰਨੇ ਬੰਦੇ ਆਏ ਸੀ? 15 ਤੋਂ 20 ਬੰਦੇ ਸੀ। ਪਤਾ ਨਹੀਂ ਸਾਨੂੰ ਇਹਨਾਂ ਦਾ ਕੀ ਨੁਕਸਾਨ ਹੋਇਆ, ਪਰ ਜੇ ਨੁਕਸਾਨ ਹੋਇਆ ਵਾ ਸਾਨੂੰ ਪੀਸਫੁਲੀ ਤਰੀਕੇ ਨਾਲ ਕਹਿੰਦੇ ਦੁਕਾਨਾਂ ਬੰਦ ਕਰ ਦਿਓ, ਅਸੀਂ ਦੁਕਾਨਾਂ ਬੰਦ ਕਰ ਦੇਣੀਆਂ ਸੀ। ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ, ਪਰ ਆਉਂਦੇ ਜਾਨਲੇਵਾ ਹਮਲਾ ਕਰਨਾ ਇਹ ਤਾਂ ਫਿਰ ਸਿੱਧੀ ਹਿੰਦੂ ਔਰ ਸਿੱਖ ਦੀ ਲੜਾਈ ਕਰਵਾਉਣ ਵਾਲਾ ਕੰਮ ਆ। ਮੇਰਾ ਨਾਮ ਹੈ ਜੀ ਅਮਨ ਵੋਰਾ, ਮੈਂ ਟਰਾਂਸਪੋਰਟ ਦਾ ਮਾਲਕ ਹਾਂ। ਵੋਰਾ ਟਰਾਂਸਪੋਰਟ ਮੇਰੀ ਘਿਓ ਮੰਡੀ ਚੌਂਕ 'ਚ ਬਾਲਮੀਕੀ ਮੰਦਰ ਮਾਰਕੀਟ ਦਾ ਮੈਂ ਕਿਰਾਏਦਾਰ ਹਾਂ, ਠੀਕ ਹੈ ਜੀ। ਮੈਂ ਅੱਜ ਸ਼ਹੀਦਾਂ ਸਾਹਿਬ ਤੋਂ ਮੱਥਾ ਟੇਕਣ ਦੇ ਕੇ ਆਇਆ ਹੀ ਹਾਂ, ਜਸਟ ਆ ਕੇ ਮੈਂ ਆਪਣੀ ਦੁਕਾਨ 'ਤੇ ਚੜ੍ਹਨ ਲੱਗਾ ਵਾਂ, ਠੀਕ ਹੈ ਜੀ। ਅਤੇ ਨਾਲ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ 10 ਤੋਂ 15 ਬੰਦੇ ਆਏ ਨੇ, ਜਿਨ੍ਹਾਂ ਵਿੱਚ 3-4 ਬੰਦੇ ਬੱਚੇ ਛੋਟੇ ਛੋਟੇ ਆ, ਕੋਈ 15 ਸਾਲ ਦਾ, ਕੋਈ 16 ਸਾਲ ਦਾ, ਬਾਕੀ ਵੱਡੇ ਸੀਗੇ। ਅਤੇ ਐਂ ਲੱਗਦਾ ਪਿਆ ਸੀ ਕਿ ਜਿਤਨਾ ਉਹਨਾਂ ਨੇ ਮਤਲਬ ਕਿ ਕੋਈ ਅਟੈਕ ਐਸਾ ਕਰਨ ਆਏ ਆ ਕਿ ਜਿੱਥੋਂ ਪਿੱਛੋਂ ਕਿਸੇ ਨੇ ਫੋਰਸ ਕੀਤਾ ਹੋਵੇ ਕਿ ਜਾਓ ਇਹਨਾਂ ਨੂੰ ਹਿੰਦੂਆਂ ਨੂੰ ਵੱਢ ਦਿਉ, ਠੀਕ ਹੈ ਜੀ। ਮਤਲਬ ਕਿ ਸਾਡੇ ਕੋਲ CCTV ਕੈਮਰੇ ਦੀਆਂ ਫੋਟੋਆਂ ਵੀ ਆ ਗਈਆਂ ਨੇ, ਸਾਰੇ ਦੁਕਾਨਦਾਰਾਂ ਨੇ ਭੱਜ ਕੇ ਜਾਨ ਬਚਾਈ ਆ, ਠੀਕ ਹੈ ਜੀ। ਇਹ ਜਿਤਨਾ ਹੁੰਦਾ ਕਿ ਜਿਤਨਾ ਕਿਸੇ ਨੂੰ ਟਾਰਗੇਟ ਕੀਤਾ ਹੁੰਦਾ ਨਾ ਪਿੱਛੋਂ, ਉਹ ਸਿਸਟਮ ਦੇ ਹਿਸਾਬ ਨਾਲ ਸਾਰੀ ਫੋਰਸ ਆਈ ਆ ਅਤੇ ਪੂਰਾ ਲਲਕਾਰ ਕੇ ਗਏ ਆ ਕਿ ਆਪਣੀਆਂ ਦੁਕਾਨਾਂ ਬੰਦ ਕਰ ਦਿਉ ਨਹੀਂ ਤੁਹਾਨੂੰ ਵੱਢ ਦਾਂਗੇ। ਕਿੰਨੀਆਂ ਕੁ ਦੁਕਾਨਾਂ 'ਤੇ ਹਮਲਾ ਕੀਤਾ ਜੀ ਉਹਨਾਂ ਵੱਲੋਂ? ਭਾਅ ਜੀ ਵੇਖੋ ਜੀ, ਜਿੱਥੋਂ ਤੱਕ ਅਸੂਲ ਦੀ ਗੱਲ ਮੈਂ ਕਰਾਂ, ਸਹੀ ਸਪਸ਼ਟ ਸਿੱਧੇ ਗੱਲਾਂ ਦੇ ਹਿਸਾਬ ਨਾਲ, ਕਿ ਇੱਥੇ ਸਿੱਖਾਂ ਦੀ, ਸਿੱਖ ਭਾਈਚਾਰੇ ਦੀ ਵੀ ਦੁਕਾਨਾਂ ਨੇ 2-4, ਸਿੱਖਾਂ ਨੂੰ ਕੋਈ ਇਹਨਾਂ ਨੇ ਕੁਛ ਨਹੀਂ ਆਖਿਆ, ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਆਏ ਨੇ, ਠੀਕ ਹੈ ਜੀ। ਸਾਡੇ ਹਿੰਦੂ ਪਰਿਵਾਰਾਂ ਨੂੰ ਪਏ ਨੇ, ਠੀਕ ਹੈ। ਸਾਡੇ ਨਾਲ ਮਲਿਕ ਹੇਅਰ ਸਲੂਨ ਵਾਲੇ ਨੇ, ਠੀਕ ਹੈ ਜੀ, ਮੰਦਰ ਦੇ ਕਿਰਾਏਦਾਰ ਨੇ। ਕਿਹੜੀਆਂ ਦੁਕਾਨਾਂ ਜਿਹੜੇ ਇਹਨਾਂ ਨੇ ਤੋੜਭੰਨ ਕੀਤੀ? ਇਹ ਦੇਖੋ ਜੀ, ਪਿੱਛੇ ਯਾਦਵ ਪਾਣ ਵਾਲਾ ਮੁੰਡਾ ਵਾ, ਉਹਨੂੰ ਇੱਥੋਂ ਤੱਕ ਕਿ ਉਹਦੀਆਂ ਚੱਪਲਾਂ ਚੁੱਕ ਕੇ ਲੈ ਗਏ ਨੇ। ਮਤਲਬ ਕਿ ਇਹਨਾਂ ਨੂੰ ਚੱਪਲਾਂ ਵੀ ਘੱਟ ਪੈ ਗਈਆਂ, ਚੱਪਲਾਂ ਤੁਹਾਨੂੰ ਚਾਹੀਦੀਆਂ, ਸਾਡੇ ਕੋਲ ਹੋਰ 2-4 ਲੈ ਜਾਓ, ਠੀਕ ਹੈ ਜੀ। ਚੱਪਲਾਂ ਵਿਚਾਰੇ ਗਰੀਬ ਆਦਮੀ ਨੇ ਚੁੱਕ ਕੇ ਲੈ ਗਏ ਨੇ। ਇੱਕ ਪਾਣ ਵਾਲੀ ਦੁਕਾਨ ਹੈ ਜੀ, ਹਾਂਜੀ, ਇੱਕ ਆਹ ਖੋਖਾ ਪਾਣ ਵਾਲਾ, ਉਹਨੂੰ ਵੀ ਕੀਤਾ ਜੀ। ਆਹ ਸਾਹਮਣੇ ਸੋਢੀ ਕੋਲਡ ਡਰਿੰਕ ਆ, ਜ਼ਬਰਦਸਤੀ 5-7 ਬੋਤਲਾਂ ਉਹਨੇ ਹਾਰ ਗਿਆ, ਕਿਹਾ ਕਿ ਇਹ ਗਰਮ ਹੈਗੀਆਂ ਜੀ, ਠੰਡੀਆਂ ਲੈ ਲਾ, ਉਹਦੀ ਗੱਲ ਆ। ਉਹਨੂੰ ਧੱਕਾ ਮਾਰ ਕੇ ਕੋਲਡ ਡਰਿੰਕਾਂ ਉਹਦੇ ਫ੍ਰਿਜ 'ਚੋਂ ਕੱਢ ਕੇ ਲੈ ਗਏ ਨੇ, ਠੀਕ ਹੈ ਜੀ। ਫਿਰ ਇਹਨਾਂ ਦਾ ਵੇਖੋ, ਇਹਨਾਂ ਦੇ ਬੰਦੇ ਨੂੰ ਸੱਟ ਮਾਰ ਕੇ ਗਏ ਨੇ ਚੰਗੀ, ਇਹਨਾਂ ਦੇ ਕਸਟਮਰ ਨੂੰ ਕਹਿ ਕੇ ਗਏ ਨੇ ਤੂੰ ਕੇਸ ਰੱਖਣੇ ਸ਼ੁਰੂ ਕਰ ਦੇ। ਉਹ ਹਿੰਦੂ ਪਰਿਵਾਰ 'ਚੋਂ ਬਿਲੋਂਗ ਕਰਦਾ, ਉਹ ਕੇਸ ਕਿੱਥੋਂ ਰੱਖ ਲੂਗਾ ਜੀ, ਠੀਕ ਹੈ ਜੀ। ਫਿਰ ਉਹਨੂੰ ਡਾਂਗਾਂ ਮਾਰੀਆਂ ਜੀ, ਫਿਰ ਇਹਨਾਂ ਦੇ ਮੁੰਡੇ ਨੂੰ ਚੰਗੀ ਸੱਟ ਮਾਰੀ ਆ,
ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅਗਰ ਸਵੇਰ ਤੱਕ ਕਹਿੰਦਾ ਰੀਰੈਸਟ ਨਹੀਂ ਪਈ ਤਾਂ ਘਿਓ ਮੰਡੀ ਚੌਂਕ ਕੱਲ ਬੰਦ ਕੀਤਾ ਜਾਊਗਾ, ਧਰਨਾ ਦਿੱਤਾ ਜਾਊਗਾ। ਪੁਲਿਸ ਰਿਪੋਰਟ ਕੀਤੀ ਗਈ ਹੈ? ਪੁਲਿਸ ਵਾਲੇ SHO ਸਾਹਿਬ ਆਏ ਸੀ, ਡਿਪਟੀ ਸਾਹਿਬ ਵੀ ਚੱਕਰ ਮਾਰ ਗਏ ਨੇ। 112 ਦੇ ਕੰਪਲੇਂਟ ਕਰਨ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਆ। ਚਲੋ 5-10 ਮਿੰਟ ਲੇਟ ਪੁਲਿਸ ਵੀ ਹੋ ਗਈ ਆ, ਪਰ ਉਹਨਾਂ ਨੇ ਆਸ਼ਵਾਸਨ ਦਵਾਇਆ ਕਿ ਅਸੀਂ ਉਹਨਾਂ ਦੀ FIR ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ। 10 ਵਜੇ ਤੱਕ ਸਖਤ ਤੋਂ ਸਖਤ ਕਾਰਵਾਈ ਨਹੀਂ ਹੋਈ ਤਾਂ ਕੱਲ੍ਹ ਘਿਓ ਮੰਡੀ ਚੌਂਕ ਜਾਮ ਚੱਕਾ ਜਾਮ ਕੀਤਾ ਜਾਊਗਾ ਜੀ। ਜਿਹੜਾ ਸਰ ਉਹਨਾਂ ਦੱਸ ਦਿਓ ਕੀ ਆ ਜਿਹੜਾ ਮਾਮਲਾ, ਜਿਹੜਾ ਰਣਜੀਤ ਸਿੰਘ ਨੇ ਆ ਕੇ ਦੁਕਾਨਾਂ ਦੁਕਾਨਾਂ ਭੰਨੀਆਂ ਕੀ ਸਰ? ਜਿਹੜੇ ਨਿਹੰਗ ਸਿੰਘਾਂ ਨੇ ਆ ਕੇ ਦੁਕਾਨਾਂ 'ਤੇ ਭੰਨੀਆਂ ਭੁੰਨੀਆਂ ਸਾਰਾ ਦੱਸੋ। ਇਹ ਹੁਣ ਇਤਲਾਹ ਮਿਲੀ ਸੀ ਇੱਥੇ ਘਿਓ ਮੰਡੀ ਚੌਂਕ 'ਚ ਆਏ ਆ ਕੋਈ ਨਿਹੰਗ ਟਾਈਪ ਬੰਦੇ ਸੀਗੇ, ਉਹਨਾਂ ਨੇ ਆ ਕੇ ਇੱਥੇ ਖੜਬੱਸੀ ਕੀਤੀ ਆ, ਕੋਈ ਤੋੜਭੰਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਹੁਣ ਇੱਥੇ ਆ ਗਏ, ਬਾਕੀ ਇਹਨਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਆ। ਬਿਆਨ ਦੇਖੇ ਜਿਹੜੇ ਗੱਲ ਹੋਰ ਵੀ ਇੱਥੇ ਪਾਨਾ ਵਾਲੀ ਦੁਕਾਨਾਂ 'ਤੇ ਵੀ ਸਾੜਿਆ ਸੁੜਿਆ ਗਿਆ ਪਿੱਛੇ ਦਰਬਾਰ, ਉਹ ਵੀ ਦੇਖਦੇ ਹਾਂ ਜੀ, ਉਹ ਵੀ ਦੇਖਦੇ ਹਾਂ ਸਾਰਾ। ਹਾਂਜੀ, ਸਖਤ ਤੋਂ ਸਖਤ ਕਾਰਵਾਈ ਕਰਾਂਗੇ, ਸਖਤ ਤੋਂ ਸਖਤ ਮੁਕੱਦਮੇ ਦਰਜ ਕੀਤੇ ਜਾ ਰਹੇ ਆ।